ਸਿੱਖ ਧਰਮ ਦੇ ਨਾਲ ਸੰਬੰਧਿਤ ਐਨੀਮੇਸ਼ਨ ਫਿਲਮਾਂ ਦਾ ਚਲਣ ਵਧਣ ਦੇ ਨਾਲ ਹੀ ਇਹਨਾਂ ਫਿਲਮਾਂ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ। ਇੱਥੇ ਇਸ ਪੂਰੇ ਮਾਮਲੇ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਸਬ ਕਮੇਟੀ ਗਠਿਤ ਕੀਤੀ ਗਈ ਹੈ, ਪਰ ਇਸ ਪੂਰੇ ਮਾਮਲੇ ਸੰਬੰਧੀ ਸ਼੍ਰੋਮਣੀ ਕਮੇਟੀ ਕਿੰਨੀ ਕੁ ਸੰਜੀਦਾ ਹੈ ਇਸ ਦਾ ਅੰਦਾਜ਼ਾ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੇ ਸ਼੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਤਰਨ ਤਾਰਨ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਲੱਗੇ ਫਿਲਮ ਦਾਸਤਾਨੇ ਮੀਰੀ ਪੀਰੀ ਦੇ ਪੋਸਟਰਾਂ ਤੋਂ ਲਗਾਇਆ ਜਾ ਸਕਦਾ ਹੈ। ਇਹ ਪੋਸਟਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਕੰਧ ਦੇ ਉੱਤੇ ਲੱਗਿਆ ਹੋਇਆ ਸੀ ਤੇ ਗੁਰਦੁਆਰਾ ਸਾਹਿਬ ਦੇ ਮੁਲਾਜ਼ਮਾਂ ਨੂੰ ਇਸ ਦੀ ਖਬਰ ਤੱਕ ਨਹੀਂ ਸੀ। ਸੁਣੋ ਗ੍ਰੰਥੀ ਸਿੰਘ ਨੇ ਕੀ ਕਿਹਾ। ਬਲਵੰਤ ਸਿੰਘ ਕੀ ਡਿਊਟੀ ਕਰਦੇ ਹੋ ਜੀ ਇੱਥੇ? ਗ੍ਰੰਥੀ ਹਾਂ ਜੀ। ਗ੍ਰੰਥੀ ਸਿੰਘ ਦੀ ਡਿਊਟੀ ਕਰਦੇ ਹੋ ਤੇ ਜਿਹੜਾ ਇਹ ਬੋਰਡ ਲੱਗਿਆ ਸੀ ਤੁਹਾਡੀ ਨੌਲੇਜ 'ਚ ਨਹੀਂ ਸੀਗਾ? ਨਹੀਂ ਨਹੀਂ ਜੀ, ਵੇਖਿਆ ਜੀ ਮੈਂ ਕੱਲ੍ਹ ਰਾਤੀ ਕੁਛ ਲਾਇਆ। ਤੇ ਤੁਸੀਂ ਅੱਜ ਸ਼ਾਮ 24 ਘੰਟੇ ਬੀਤ ਕੇ ਤੁਸੀਂ ਖਿਆਲ ਹੀ ਨਹੀਂ ਕੀਤਾ? ਮੈਂ ਤਾਂ ਡਿਊਟੀ ਕਰਕੇ ਲੁਧਿਆਣੇ ਚਲਾ ਗਿਆ, ਮੈਂ ਅੱਜ ਹੁਣੇ ਆਇਆ। ਮੈਨੇਜਰ ਸਾਹਿਬ ਨਾਲ ਗੱਲ ਨਹੀਂ ਹੋਈ ਤੁਹਾਡੀ? ਮੈਨੇਜਰ ਸਾਹਿਬ ਦਾ ਮੈਨੂੰ ਫੋਨ ਆਇਆ ਸੀ ਬੋਰਡ ਲਾਉਣ ਵਾਸਤੇ ਤੇ ਮੈਂ ਲਾ ਦਿੱਤਾ। ਦਰਅਸਲ ਗੁਰਦੁਆਰਾ ਸਾਹਿਬ ਦੇ ਬਾਹਰ ਬੋਰਡ ਲੱਗਾ ਹੋਵੇ ਤੇ ਕਿਸੇ ਨੂੰ ਕੰਨੋ ਕੰਨੀ ਖਬਰ ਨਾ ਪਈ ਹੋਵੇ, ਇਹ ਕਿਵੇਂ ਹੋ ਸਕਦਾ ਹੈ? ਜਦੋਂ ਇਸਦਾ ਪਤਾ ਮਨਜਿੰਦਰ ਸਿੰਘ ਖਾਲਸਾ ਨੂੰ ਲੱਗਿਆ ਤਾਂ ਉਹਨਾਂ ਫਲੈਕਸ ਬੋਰਡ ਹੀ ਪਾੜ ਦਿੱਤਾ, ਜਿਸ ਤੋਂ ਬਾਅਦ ਗੁਰਦੁਆਰਾ ਕਮੇਟੀ ਵੀ ਹਰਕਤ ਦੇ ਵਿੱਚ ਆਈ, ਪਰ ਉਸ ਵੇਲੇ ਤੱਕ ਤਾਂ ਬੋਰਡ ਉਤਰ ਚੁੱਕਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵਕਤ ਮੈਂ ਮੁਕਤਸਰ ਸਾਹਿਬ ਦੇ ਵਿੱਚ ਗੁਰਦੁਆਰਾ ਤਰਨ ਤਾਰਨ ਸਾਹਿਬ ਜੋ ਕਿ ਇਤਿਹਾਸਕ ਗੁਰਦੁਆਰਾ ਸਾਹਿਬ ਆ, ਉੱਥੇ ਖੜਾ ਮੈਂ। ਇਹਦੇ ਮੇਨ ਗੇਟ ਦੇ ਉੱਤੇ ਵੇਖੋ ਇਤਿਹਾਸਕ ਗੁਰਦੁਆਰਾ ਸਾਹਿਬ ਬਣਿਆ ਹੋਇਆ। ਇਹਦੀ ਉਹ ਵਿਵਾਦਿਤ ਫਿਲਮ ਮੀਰੀ ਪੀਰੀ ਜੋ ਫਿਲਮ ਸੀਗੀ, ਦਾਸਤਾਨੇ ਮੀਰੀ ਪੀਰੀ, ਉਹਦਾ ਬਹੁਤ ਵੱਡਾ ਫਲੈਕਸ ਲੱਗਾ ਹੋਇਆ ਸੀਗਾ, ਜਿਹਦਾ ਕਿ ਕੌਮ ਦੇ ਵਿੱਚ ਰੋਸ ਆ, ਕੌਮ ਦੇ ਵਿੱਚ ਵਿਵਾਦ ਆ ਵੀ ਵੇਖੋ ਐਡਾ, ਮਤਲਬ ਕਿ ਗੁਰੂ ਸਾਹਿਬ ਦੀ ਨਰਾਦਰੀ ਹੋ ਰਹੀ ਆ ਅਤੇ ਕਰਵਾ ਕੌਣ ਰਿਹਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਮੈਨੇਜਰ ਸਾਹਿਬ ਨੂੰ ਇੰਨਾ ਨਹੀਂ ਪਤਾ ਵੀ ਮੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਨੂੰ ਅਧੀਨ ਆ, ਚਲੋ ਵੀ ਪ੍ਰਬੰਧਕ ਆ, ਉੱਥੇ ਐਡਾ ਵੱਡਾ ਫਲੈਕਸ ਲੱਗਿਆ ਹੋਵੇ ਅਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਫਲੈਕਸ ਲੱਗਿਆ। ਮੈਂ, ਮੇਰੀ ਆਵਾਜ਼ ਨੇ, ਦਿਲ ਦੀ ਆਵਾਜ਼ ਨੇ ਲੱਗਿਆ ਵੀ ਇਹ ਗਲਤ ਆ, ਵੀ ਜੇ ਕੌਮ ਸੜਕਾਂ 'ਤੇ ਆਈ ਆ ਤਾਂ ਇਹਦੇ ਵਿੱਚ ਲਾਜ਼ਮੀ ਕੋਈ ਨਾ ਕੋਈ ਗਲਤ ਹਰਬੂਗੀ ਹਰਕਤ ਕੀਤੀ ਵੀ ਗੁਰੂ ਸਾਹਿਬਾਂ ਪ੍ਰਤੀ, ਅਤੇ ਮੈਂ ਉਹ ਫਲੈਕਸ ਲਾ ਕੇ ਸੁੱਟਿਆ ਵੀ ਮੈਨੂੰ ਮਨ ਨੂੰ ਨਹੀਂ ਚੱਜਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਪਾਸੇ ਤਾਂ ਫਿਲਮ ਸੰਬੰਧੀ ਵਿਵਾਦ ਹਾਲੇ ਖਤਮ ਨਹੀਂ ਹੋਇਆ ਤੇ ਦੂਜੇ ਪਾਸੇ ਫਿਲਮ ਦੀ ਪ੍ਰਮੋਸ਼ਨ ਦੇ ਲਈ ਧਾਰਮਿਕ ਤੇ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਨੂੰ ਚੁਣਿਆ ਜਾ ਰਿਹਾ ਹੈ। ਸ਼੍ਰੀ ਮੁਕਤਸਰ ਸਾਹਿਬ ਤੋਂ ਜਗਜੀਤ ਸਿੰਘ ਖੱਪਿਆਂਵਾਲੀ ਦੀ ਰਿਪੋਰਟ, ਪਹਿਰੇਦਾਰ ਟੀਵੀ। ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਦੇ ਬਟਨ ਤੇ ਦਬਾ ਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਦਾ ਆਈਕਨ ਵੀ ਦਬਾ ਦਿਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ।